ਤਾਂ ਹੁਣ ਜਿਹੜਾ ਹਾਂਜੀ ਸੀਗਾ ਜਦੋਂ 20 ਸਤੰਬਰ 2022 ਨੂੰ ਫੈਸਲਾ ਆ ਗਿਆ, ਉਸ ਤੋਂ ਬਾਅਦ ਜਿਹੜਾ ਜਾਂ ਤਾਂ ਉਹੀ ਜਿਹੜੀ ਕਮੇਟੀ ਸੀ ਉਹ ਐਕਸਟੈਂਡ ਹੁੰਦੀ, ਤਾਂ ਜਾਂ हाँ ਜਿਹੜੀ ਸੀ ਕਮੇਟੀ ਨਵੀਂ ਬਣਾਈ ਜਾਂਦੀ। ठीक ਪਹਿਲੀ ਵਾਲੀ ਕਮੇਟੀ ਜਿਹੜੀ ਸੀਗੀ ਉਹਨੂੰ ਮਤਲਬ ਭੰਗ ਕਰਕੇ ਨਵੀਂ ਬਣਾਈ ਜਾਂਦੀ। हाँ जी ਤਾਂ ਇਹ ਹਰਿਆਣਾ ਸਰਕਾਰ ਦਾ ਅਧਿਕਾਰ ਸੀਗਾ ਐਕਟ ਦੇ ਅਨੁਸਾਰ। ਜਿਹੜੇ ਉਹ ਪਹਿਲੇ ਮੈਂਬਰ ਸੀ ਉਹ ਤੁਹਾਨੂੰ ਪਤਾ ਉਹਨਾਂ ਬੜੀਆਂ ਗੈਰ ਕਾਨੂੰਨੀ ਗੱਲਾਂ ਕੀਤੀਆਂ, ਉਹ ਕਦੇ ਇੱਥੇ ਇਕੱਠ ਕਰ ਲਿਆ ਕਦੇ ਉੱਥੇ ਕਰ ਲਿਆ, ਆਪ ਹੀ ਪ੍ਰਧਾਨ ਕਦੇ जी ਕੋਈ ਕਦੇ ਕੋਈ ਮੇਰੇ ਵਿਰੋਧ ਦੇ ਵਿੱਚ। हाँ ਤਾਂ जी हाँ जी ਉਹਨਾਂ ਦਾ ਬਾਅਦ ਵਿੱਚ ਤੁਹਾਨੂੰ ਪਤਾ ਕਿ ਫਿਰ ਹਰਿਆਣਾ ਸਰਕਾਰ ਨੇ ਨਵੀਂ ਐਡਹੌਕ ਕਮੇਟੀ ਬਣਾਈ, ਉਹਨਾਂ ਦੇ ਵਿੱਚ ਨਵੇਂ ਬੰਦੇ ਚੁਣੇ ਗਏ, 7-8 ਜਿਹੜੇ ਸੀ ਉਹ ਪੁਰਾਣੇ ਅਸੀਂ ਪਾਏ ਗਏ। ਤਾਂ हाँ ਹੁਣ जी ਉਹਦੀ ਜਿਹੜੀ ਚੋਣ ਸੀ ਉਹ जी ਚੋਣ ਕੱਲ ਐਕਟ ਅਨੁਸਾਰ ਜਿਹੜੀ ਸੀ ਉਹ ਚੋਣ ਕਮਿਸ਼ਨਰ ਨੇ ਤੇ ਡੀਸੀ ਕੁਰੂਕਸ਼ੇਤਰ ਦੀ ਡਿਊਟੀ ਲੱਗੀ ਸੀ, ਐਕਟ ਅਨੁਸਾਰ ਉਹਨਾਂ ਨੇ ਕਰਾਉਣੀ ਸੀ। ਪਰ ਠੀਕ ਜਿਸ ਵੇਲੇ ਚੋਣ ਜਦੋਂ ਹੋਣੀ ਸੀ, ਐਗਜ਼ੈਕਟਿਵ 11 ਮੈਂਬਰੀ ਐਗਜ਼ੈਕਟਿਵ, ਤਾਂ हाँ ਉਸ जी ਵੇਲੇ ਚੋਣ ਜਦੋਂ ਸ਼ੁਰੂਆਤ ਹੋਈ ਡੀਸੀ ਕੁਰੂਕਸ਼ੇਤਰ ਤੇ ਚੋਣ ਕਮਿਸ਼ਨਰ ਨੇ ਚੋਣ ਸ਼ੁਰੂ ਕਰਵਾਈ, ਉਹਨਾਂ ਨੇ ਕਿਹਾ ਵੀ ਹੁਣ ਤੁਹਾਨੂੰ ਜਿਹੜੇ ਹੈਗੇ ਆਪਣਾ ਨੋਮੀਨੇਸ਼ਨ ਫਾਰਮ ਆ ਤੁਸੀਂ ਭਰ ਸਕਦੇ ਆ ਵੀ ਕਿਹਨੇ ਕਿਹੜੇ ਪਦ ਵਾਸਤੇ ਫਾਰਮ ਭਰਨਾ। ਤਾਂ ਇੰਨੇ ਠੀਕ ਚਿਰ ਹੈ ਨੂੰ ਇੱਕ ਬੰਦਾ ਉੱਠ ਕੇ ਵਿੱਚੋਂ ਕਹਿੰਦਾ ਜੀ ਮੈਂ ਪ੍ਰਧਾਨ ਦਾ ਨਾਮ ਪ੍ਰਪੋਜ਼ ਕਰਦਾ ਤੇ ਮਹੰਤ ਕਰਮਜੀਤ ਸਿੰਘ ਪ੍ਰਧਾਨ ਹੋਵੇਗਾ। ਮੈਂ ਇਸ ਗੱਲ ਦਾ ਬਾਈਕਾਟ ਕਰ ਦਿੱਤਾ। ਮੈਂ ਕਿਹਾ ਠੀਕ ਵੀ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਧਾਨ ਦਾ ਐਲਾਨ ਕਰਨਾ, ਹਾਂ ਜੇ ਉਸ ਵਿਅਕਤੀ ਦਾ ਐਲਾਨ ਕਰਨਾ, ਮੇਰਾ ਤਾਂ ਸਿਰਫ ਉਸ ਵਿਅਕਤੀ ਦੇ ਉੱਤੇ ਸੀਗਾ ਕਿ ਉਹ ਵਿਅਕਤੀ ਸਵੇਰ ਵੀ ਐਡੀ ਮੋਟੀ ਫੀਮ ਦੀ ਗੋਲੀ ਖਾਂਦਾ ਹੈ, ਸ਼ਾਮ ਨੂੰ ਵੀ ਖਾਂਦਾ ਹੈ, ਔਰ ਹਾਂ ਜੀ ਨਸ਼ਾ ਨਸ਼ੇ ਤੋਂ ਬਿਨਾਂ ਹੋ ਸਕਦਾ। ਮੈਂ ਤਾਂ ਇੱਕ ਚੈਲੰਜ ਕੀਤਾ ਵਾ ਆਪਣਾ ਭਾਈ ਰਘਵੀਰ ਸਿੰਘ ਜੀ, ਜੇਕਰ ਉਹ ਸੱਚਾ ਤਾਂ 5 ਦਿਨਾਂ ਦੇ ਵਿੱਚ, ਮੈਂ ਤਾਂ 5 ਦਿਨ ਵੀ ਕਹਿਣਾ ਕਿ ਪੰਜ हाँ ਦਿਨਾਂ ਦੇ ਵਿੱਚ ਵੀ ਆਪਣਾ ਟੈਸਟ ਕਰਕੇ ਸੰਗਤ ਚ ਸੁਰਖਰੂ ਹੋ ਸਕਦਾ ਹੈ। ਇੱਕ ਠੀਕ ਉਹ ਹੈ ਡੇਰੇ ਦਾ ਮਹੰਤ ਹੈ ਔਰ ਦੂਸਰਾ ਉਹ ਆਪਣਾ ਨਸ਼ਾ ਕਰਦਾ ਹੈ, ਤੇ ਜੀ ਉਹਨੂੰ ਜਿਹੜਾ ਇਸ ਤਰੀਕੇ ਦੇ ਨਾਲ ਪ੍ਰਧਾਨ ਅਨਾਉਂਸ ਕਰ ਦੇਣਾ, ਜਿਹਨੇ ਹਰਿਆਣਾ ਕਮੇਟੀ ਲਈ 1 ਦਿਨ ਵੀ ਨਾ ਕਦੇ ਆਵਾਜ਼, ਕਦੇ ਉਹਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਉਹਦੀ ਜ਼ੁਬਾਨ ਤੇ ਨਹੀਂ ਆਈ, ਕਦੇ ਉਹਨੇ 1 ਦਿਨ ਸੰਘਰਸ਼ ਨਹੀਂ ਕੀਤਾ, ਕੋਈ ਜ਼ੇਲ੍ਹ ਕੋਈ ਮੁਕੱਦਮਾ ਨਹੀਂ ਝੱਲਿਆ, ਤੇ ਐਸੇ ਠੀਕ ਵਿਅਕਤੀ ਨੂੰ ਜਿਹੜਾ ਸੀਗਾ ਉੱਥੇ ਪ੍ਰਧਾਨ ਪ੍ਰਪੋਜ਼ ਕਰ ਦੇਣਾ। ਤਾਂ ਮੈਂ ਉਹਦਾ ਹਾਂ ਜਿਹੜਾ ਜੀ ਸੀ ਇਸ ਕਾਰਨ ਕਰਕੇ ਬਾਈਕਾਟ ਕਰਕੇ ਬਾਹਰ ਆ ਗਿਆ ਸੀ ਕਿ ਮੈਂ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਨਹੀਂ ਮੰਨਦਾ। ਜਥੇਦਾਰ ਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਜਦੋਂ ਉਹਨਾਂ ਨੇ ਮਤਲਬ ਅਡਹਾਕ ਕਮੇਟੀ ਬਣਾਈ ਆ, ਉਦੋਂ ਮਹੰਤ ਦਾ ਨਾਂ ਕਰਮਜੀਤ ਸਿੰਘ ਦਾ ਵਿੱਚ ਸੀਗਾ। ਹਾਂ ਬਿਲਕੁਲ, ਉਹਦੇ ਵਿੱਚ ਜਿਹੜਾ ਸੀਗਾ ਨਾ, ਕਿਉਂਕਿ ਇਹਦੇ ਚ ਬਹੁਤ ਸਾਰੇ ਨਵੇਂ ਮੈਂਬਰ ਪਾਏ, ਮੈਨੂੰ ਪਹਿਲਾਂ ਵੀ ਜੀ ਕਈ ਵਾਰੀ ਸਵਾਲ ਹੋਏ ਕਿ ਜਿਹੜੇ ਨਵੇਂ ਮੈਂਬਰ ਪਾਏ ਆ ਤੁਹਾਡਾ ਉਹਨਾਂ ਬਾਰੇ ਕੀ ਕਹਿਣਾ ਵਾ, ਉਹ ਕੌਣ ਆ ਕੌਣ। ਮੈਂ ਕਿਹਾ ਜਦੋਂ ਮੇਲ ਜੋਲ ਹੋਊਗਾ ਫਿਰ ਪਤਾ ਲੱਗੂਗਾ, ਜਦੋਂ ਹਾਂ ਜੀ ਮਿਲਦੇ ਆ। ਠੀਕ ਇੱਕ ਗੱਲ ਹੋਰ ਵੀ ਹੁੰਦੀ ਹੈ ਕਿ 11 ਮੈਂਬਰੀ ਐਗਜ਼ੈਕਟਿਵ ਨੇ ਕੰਮ ਕਰਨਾ, ਜੇ ਇੱਕ ਅੱਧਾ ਮੈਂਬਰ ਇਦਾਂ ਦਾ ਵੀ ਹੋਵੇ ਤਾਂ ਵੀ ਚੱਲ ਜਾਂਦਾ ਵੀ ਉਹਨੇ ਤਾਂ ਚੱਲ ਸਾਲ 'ਚ ਇੱਕ ਵਾਰੀ ਆਉਣਾ ਹੁੰਦਾ ਵਿੱਚ, ਹਨਾ। ਠੀਕ ਹੈ ਬਾਕੀ ਇਹ ਹੁੰਦਾ ਵਾ ਕਿ ਜਿਹੜੇ ਨਵੇਂ ਮੈਂਬਰ ਪਾਏ ਆ ਉਹਨਾਂ ਦਾ ਤਾਲਮੇਲ, ਹੁਣ ਨਵੀਆਂ ਨਵੀਆਂ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆ ਰਹੀਆਂ ਸੀ ਮੈਂਬਰ ਬਣਨ ਤੋਂ ਬਾਅਦ, ਕਿ ਉਹਦੇ ਠੀਕ ਬਾਰੇ ਹੁਣ ਵੀ ਮੈਨੂੰ ਜਮਨਗਰ ਤੋਂ ਕਿੰਨੇ ਸਾਰੇ ਮੈਸੇਜ ਆ ਗਏ, ਕਿੰਨੇ ਫੋਨ ਆ ਗਏ, ਔਰ ਕਿੰਨਾ ਜੀ ਉੱਥੋਂ ਸੰਗਤਾਂ ਨੇ। ਮੇਰਾ ਬਹੁਤਾ ਵਾਹ ਨਹੀਂ ਸੀ, ਬਸ ਕਦੇ ਮੇਲ ਜੋਲ ਫਤਿਹ ਦੀ ਸਾਂਝ ਕਿਤੇ ਸਮਾਗਮ 'ਚ ਮਿਲ ਗਏ ਜਾਂ ਕਿਤੇ ਰਾਹ ਖੇੜੇ ਮਿਲ ਗਏ, ਮੈਂ ਬਹੁਤਾ ਜਾਣਦਾ ਨਹੀਂ ਸੀਗਾ। ਪਰ ਠੀਕ ਉਹਦੇ ਹੈ ਬਾਰੇ ਜਦੋਂ ਮੈਨੂੰ ਦੱਸਿਆ ਵੀ ਇੰਨੀ ਮੋਟੀ ਫੀਮ ਖਾਂਦਾ, ਔਰ ਉਹਦਾ ਚਿਹਰਾ ਵੀ ਦੱਸਦਾ ਸੀ ਜਦੋਂ ਹੁਣ ਮਿਲੇ ਗੱਲਬਾਤ ਹੋਈ ਆ, ਤਾਂ ਮੈਂ ਜੀ ਤਾਂ ਕਰਕੇ ਕਿਹਾ ਉਹ ਮੈਂਬਰ ਜਦੋਂ ਪਾਇਆ ਵਾ, ਉਹ ਮੈਂਬਰ ਤਾਂ ਹੋਰ ਵੀ ਬਹੁਤ ਪਾਏ, ਪਰ ਤੁਹਾਨੂੰ ਪਤਾ ਕਿ ਜਦੋਂ ਇਹ ਲਿਸਟ ਜਾਰੀ ਹੋਈ ਆ ਮਾਤਾ ਜੀ ਦਾ ਅਕਾਲ ਚਲਾਣਾ ਕਰਕੇ, ਮੈਂ ਸੋਗ ਵਿੱਚ ਸੀਗਾ, 1 ਤਰੀਕ ਨੂੰ ਲਿਸਟ ਜਾਰੀ ਹੋਈ ਸੀਗੇ, ਤਾਂ ਮੇਰੇ ਜੀ ਮਾਤਾ ਜੀ 28 ਤਰੀਕ ਨੂੰ ਅਕਾਲ ਚਲਾਣਾ ਕਰ ਗਏ ਸੀ, ਮੈਂ ਉਹਨਾਂ ਦੀ ਅੰਤਮ ਕਿਰਿਆਵਾਂ ਦੇ ਵਿੱਚ ਸੀਗਾ। ਤੋ ਜੀ ਇਸ ਕਾਰਨ ਕਰਕੇ ਜਿਹੜਾ ਸੀ ਇਹ ਕਿਹੜੇ ਮੈਂਬਰ ਬਣੇ ਕਿਹੜੇ ਨਹੀਂ ਬਣੇ, ਤਾਂ ਜਦੋਂ ਮੈਂ 8 ਤਰੀਕ ਨੂੰ ਮਾਤਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ, ਉਸ ਤੋਂ ਬਾਅਦ ਮੈਂ ਇਸ ਪਾਸੇ ਬਹੁਤ ਧਿਆਨ ਦੇ ਸਕਿਆ ਸੀ। ਹਾਂ, ਇਹ ਸਵਾਲ ਕਿਉਂਕਿ ਸੰਗਤਾਂ ਦੇ ਵਿੱਚ ਵੀ ਆਉਂਦਾ ਕਿ ਜੇ ਪਹਿਲਾਂ ਜਦੋਂ ਅਡਹਾਕ ਕਮੇਟੀ ਬਣੀ ਉਦੋਂ ਵੀ ਪਤਾ ਸੀਗਾ ਵੀ ਕਿਹੜੇ ਕਿਹੜੇ ਮੈਂਬਰ ਕੀ ਕਰਦੇ ਆ। ਤੇ ਦੂਸਰੀ ਗੱਲ ਹੈਗੀ ਆ, ਬਹੁਤ ਲੋਕਾਂ ਦਾ ਸਵਾਲ ਆ ਕਿ ਦਾਦੂਵਾਲ ਸਾਹਿਬ ਨੇ, ਜਥੇਦਾਰ ਸਾਹਿਬ ਨੇ ਤਾਂ ਬਾਈਕਾਟ ਕਰਤਾ, ਇਹਨਾਂ ਨੂੰ ਪ੍ਰਧਾਨਗੀ ਨਹੀਂ ਮਿਲੀ ਤਾਂ ਕਰਕੇ ਇਹਨਾਂ ਨੇ ਬਾਈਕਾਟ ਕਰਤਾ, ਇਸ ਕਰਕੇ ਹੁਣ ਇਹ ਇਲਜ਼ਾਮ ਲਾ ਰਹੇ ਆ ਮਹੰਤ ਕਰਮਜੀਤ ਸਿੰਘ ਦੇ ਉੱਪਰ। ਮੈਂ ਤਾਂ ਇਹੀ ਗੱਲ ਕਹਿਣਾ ਨਾ ਰਘਵੀਰ ਸਿੰਘ ਜੀ, ਮਹੰਤ ਕਰਮਜੀਤ ਸਿੰਘ ਨੂੰ ਇਹ ਆਪਣਾ ਮੇਰਾ ਜਿਹੜਾ ਇਲਜ਼ਾਮ ਉਹਨੂੰ ਝੂਠਾ ਕਰ ਦੇਣਾ ਚਾਹੀਦਾ, ਡੋਪ ਟੈਸਟ ਕਰਾ ਕੇ ਜੀ ਉਹਨਾਂ ਨੂੰ ਝੂਠਾ ਕਰ ਦੇਣਾ ਚਾਹੀਦਾ। ਦੂਜੀ ਗੱਲ ਜਿਹੜੀ ਅਹੁਦੇ ਦੀ, ਮੈਨੂੰ ਤਾਂ ਉਹਦੇ ਤੋਂ ਵੀ ਵੱਡਾ ਅਹੁਦਾ ਦੇ ਰਹੇ ਸੀਗੇ, ਮੈਨੂੰ ਅੱਛਾ ਜੀ ਤਾਂ ਸਰਪ੍ਰਸਤ ਪੈਟਰਨ ਜਿਹੜਾ ਸੀਗਾ ਇਸ ਕਮੇਟੀ ਦਾ ਲਾ ਰਹੇ ਸੀਗਾ। ਮੈਨੂੰ ਜਦੋਂ
ਸੀਐਮ ਸਾਹਿਬ ਦਾ ਵੀ ਮੁੱਖ ਮੰਤਰੀ ਸਾਹਿਬ ਦਾ ਵੀ ਫੋਨ ਆਇਆ, ਉਹਨਾਂ ਨੇ ਕਿਹਾ ਵੀ ਸਾਡੀ ਮਜਬੂਰੀ ਹੋਈ ਆ, ਤੇ ਮੈਂ ਕਿਹਾ ਕਾਹਦੀ ਮਜਬੂਰੀ, ਇਹਦੇ ਵਿੱਚ ਮੈਨੂੰ ਦੱਸੋ हाँ ਵੀ ਜਿਹੜਾ ਹੈਗਾ ਕਰਮਜੀਤ ਸਿੰਘ ਜੀ ਕਿਹੜੀ ਵੱਧ ਯੋਗਤਾ ਵਾ ਵੀ ਜਿਹਦੇ ਕਰਕੇ ਮਹੰਤ ਕਰਮਜੀਤ ਸਿੰਘ ਨੇ ਪ੍ਰਧਾਨ ਹੋਣਾ ਹੈ, ਤਾਂ हाँ ਉਹਦੀ ਯੋਗਤਾ ਵੀ ਉਹ ਦੱਸ ਦਿਓ। ਕਹਿੰਦੇ ਤੁਹਾਨੂੰ ਸਰਪ੍ਰਸਤ ਲਾਉਣਾ। ਮੈਂ ਕਿਹਾ ਮੈਂ ਸਰਪ੍ਰਸਤ ਲੱਗਣਾ ਹੀ ਨਹੀਂ, ਮੈਂ ਸਰਪ੍ਰਸਤ ਪੋਸਟ ਦੇ ਹੀ ਖਿਲਾਫ ਹਾਂ। ਜਦੋਂ ਤੁਸੀਂ ਇਹ ਪੋਸਟ ਕ੍ਰੀਏਟ ਕੀਤੀ ਸੀ ਸੁਪਰੀਮ जी ਕੋਰਟ ਦਾ ਫੈਸਲਾ ਆਉਣ ਤੋਂ ਬਾਅਦ, ਮੈਂ ਉਦੋਂ ਹੀ ਇਹਦਾ ਵਿਰੋਧ ਕਰ ਚੁੱਕਿਆ ਸੀਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪੈਟਰਨ ਗੁਰੂ ਗ੍ਰੰਥ ਸਾਹਿਬ ਹੁੰਦੇ ਆ, ਨਾ ਤਾਂ ਦਿੱਲੀ ਕਮੇਟੀ ਦਾ ਪੈਟਰਨ, ਨਾ ਸ਼੍ਰੋਮਣੀ ਕਮੇਟੀ ਦਾ ਪੈਟਰਨ, ਕੋਈ ਵੀ हाँ जी ਵਿਅਕਤੀ ਆ ਜਿਹੜਾ ਉਹ ਨਹੀਂ जी ਹੁੰਦਾ। ਤਾਂ ਮੈਂ ਉਦੋਂ ਵੀ ਬਾਅਦ ਵਿੱਚ, ਮੇਰੀ ਆ 14 ਤਰੀਕ ਨੂੰ ਮੁਲਾਕਾਤ ਹੋਈ ਸੀਗੀ ਪਿਛਲੇ ਮਹੀਨੇ, ਤਾਂ ਉਸ ਵੇਲੇ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਇਹ ਪੈਟਰਨ ਵਾਲੀ ਪੋਸਟ, ਉਦੋਂ ਮੇਰੇ ਨਾਲ ਇਹਨਾਂ ਨੇ ਗੱਲ ਕਰ ਲਈ ਸੀ ਕਿ ਇਹਨੂੰ ਅਸੀਂ ਖਾਲੀ ਛੱਡ ਦੇਵਾਂਗੇ, ਇਹਨੂੰ ਫਿਲ अच्छा ਨਹੀਂ जी ਕਰਾਂਗੇ ਪੈਟਰਨ ਪੋਸਟ ਨੂੰ, ਵੀ ਇਹ ਠੀਕ ਜਿਹੜੀ है ਪੋਸਟ ਹੈ ਬਾਅਦ ਵਿੱਚ ਜਿਹੜੀ ਐਗਜ਼ੈਕਟਿਵ ਬਣੇਗੀ ਉਹ ਮਤਾ ਪਾਸ ਕਰਕੇ ਦੇ ਦੇਗੀ, ਤੇ ਇਹਨੂੰ ਜਿਹੜਾ ਹੈਗਾ ਉਹ ਡਿਲੀਟ ਕਰ ਦਿੱਤਾ ਜਾਏਗਾ। ਇਸ ਪੋਸਟ ਨੂੰ ਐਕਟ ਦੇ ਵਿੱਚ ਜਿਹੜੀ ਆ ਉਹ ਤਰਮੀਮ ਕਰ ਲਈ ਜਾਊਗੀ, ਅਮੈਂਡਮੈਂਟ ਕਰ ਲਈ ਜਾਊ, ਸੋਧ ਕਰ ਲਈ ਜਾਊਗੀ। ठीक है ਪਰ ਜਿਹੜਾ ਸੀ ਮੈਨੂੰ ਕਹਿੰਦੇ ਤੁਹਾਨੂੰ ਅਸੀਂ ਜਿਹੜਾ ਮਾਨ ਸਨਮਾਨ ਵੀ ਸਰਪ੍ਰਸਤ, ਮੈਂ ਕਿਹਾ ਮੈਂ ਸਰਪ੍ਰਸਤ ਬਣਨਾ ਹੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਗ੍ਹਾ ਵਾ ਉਹ ਕੋਈ ਵਿਅਕਤੀ ਕਿਵੇਂ ਲੈ ਸਕਦਾ, ਸੋਚ ਵੀ ਨਹੀਂ ਸਕਦੇ ਅਸੀਂ ਤਾਂ। ਸੋ ਇਸ ਹਾਂਜੀ ਕਾਰਨ ਕਰਕੇ ਸੀਗਾ, ਮੈਨੂੰ ਗੱਲ ਪ੍ਰਧਾਨਗੀ ਦੀ ਨਹੀਂ ਹੈ, ਗੱਲ हाँ ਹੈਗੀ ਆ ਕਿ ਮੈਨੂੰ ਉਹਦੇ ਤੋਂ ਵੀ ਵੱਡਾ ਅਹੁਦਾ ਦੇ ਰਹੇ ਸੀ ਜਿਹਨੂੰ ਮੈਂ ਲੈਣਾ ਨਹੀਂ ਚਾਹੁੰਦਾ। ਮੈਨੂੰ ਸਿਰਫ ਇਹ ਆ ਕਿ ਜੇ ਮੈਨੂੰ ਨਹੀਂ ਚੱਲ ਕਿਸੇ ਹੋਰ ਨੂੰ ਬਣਾ ਦਿੰਦੇ, ਪਰ ਕੋਈ ਕਿਸੇ ਗੁਰਸਿੱਖ ਨੂੰ ਬਣਾ ਦਿੰਦੇ, ਅੰਮ੍ਰਿਤਧਾਰੀ ਨੂੰ ਬਣਾ ਦਿੰਦੇ, ਜਿਹੜਾ ਕੋਈ ਚੰਗਾ ਗੁਰਸਿੱਖ ਹੁੰਦਾ, ਪ੍ਰਚਾਰਕ ਹੁੰਦਾ, ਤੇ ਜਿਹੜਾ ਮਹੰਤ ਕਰਮਜੀਤ ਸਿੰਘ ਕਿਸੇ ਨਸ਼ੇ ਦੇ ਆਦੀ ਅਮਲੀ ਬੰਦੇ ਨੂੰ ਤਾਂ ਨਾ ਪ੍ਰਧਾਨ ਬਣਾਇਆ, ਜਿਹਦੇ ਵਾਸਤੇ ਅਸੀਂ ਇੰਨੀ ਮਿਹਨਤ ਕੀਤੀ ਦਿਨ ਰਾਤ, ਅਸੀਂ ਹਰਿਆਣਾ ਕਮੇਟੀ ਵਾਸਤੇ ਇਹ ਰਾਤਾਂ ਝਾਕੀਆਂ ਦਿਨ ਰਾਤ, ਕਿੰਨੇ ਐਕਸੀਡੈਂਟ ਸਾਡੇ ਰਾਹਾਂ 'ਚ ਹੋਏ ਧੁੰਦ ਦੇ ਸਮਿਆਂ ਦੇ ਵਿੱਚ, ਤੇ ਹੋਰ ਕਦੇ ਦਿੱਲੀ ਜਾਓ ਕਦੇ ਚੰਡੀਗੜ੍ਹ ਜਾਓ, ਤੇ ਬਾਅਦ ਵਿੱਚ ਜੇ ਇੱਕ ਅਮਲੀ ਬੰਦੇ ਨੂੰ ਹੀ ਅਸੀਂ ਬਾਗਡੋਰ ਫੜਾਉਣੀ ਸੀ, ਤਾਂ ਇਸ ਹਾਂਜੀ ਗੱਲ ਦਾ ਸਾਡਾ